ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਭੀੜ ਦੇ ਵੱਲੋਂ ਕੁੱਟ-ਕੁੱਟ ਕੇ ਮਾਰਨ ਦੀਆਂ ਘਟਨਾਵਾਂ ਬਾਰੇ ਸਖਤੀ ਦਿਖਾਈ ਹੈ ਹਜੂਮੀ ਕਤਲਾਂ ਤੇ ਕਥਿਤ ਗਊ ਰੱਖਿਆਕਾਂ ਦੇ ਨਾਲ ਜੁੜੀਆਂ ਘਟਨਾਵਾਂ ਦੇ ਸੰਬੰਧ ਵਿੱਚ ਵੱਖ-ਵੱਖ ਸੂਬਿਆਂ ਤੋਂ ਹੁਣ ਤੱਕ ਕੀਤੀ ਕਾਰਵਾਈ ਬਾਰੇ ਸੁਪਰੀਮ ਕੋਰਟ ਨੇ 6 ਹਫ਼ਤਿਆਂ ਦੇ ਵਿੱਚ ਜਵਾਬ ਮੰਗਿਆ ਜਸਟਿਸ ਬੀ ਆਰ ਗਵਈ ਦੀ ਅਗਵਾਈ ਵਾਲੇ ਬੈਂਚ ਨੇ ਮਹਿਲਾ ਮੰਡੀ ਜੱਤੀਬੰਦੀ ਐਨਐਫਆਈ ਡਬਲਯੂ ਵੱਲੋਂ ਧਾਇਰ ਅਪੀਲ ਤੇ ਸੁਣਵਾਈ ਦਰਮਿਆਨ ਇਹ ਟਿੱਪਣੀ ਕੀਤੀ ਜੱਤੀਬੰਦੀ ਨੇ ਗਊ ਰੱਖਿਆਕਾਂ ਦੇ ਵੱਲੋਂ ਮੁਸਲਮਾਨਾਂ ਖਿਲਾਫ ਹਜੂਮੀ ਕਤਲਾਂ ਤੇ ਹਿੰਸਾ ਦੀਆਂ ਘਟਨਾਵਾਂ ਨਾਲ ਅਸਰਦਾਰ ਤਰੀਕੇ ਨਾਲ ਸੱਜਣ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ 2018 ਦੇ ਵਿੱਚ ਸੁਣਾਏ ਫੈਸਲੇ ਦੇ ਹਵਾਲੇ ਨਾਲ ਸੂਬਿਆਂ ਨੂੰ ਫੌਰੀ ਕਾਰਵਾਈ ਲਈ ਹਦਾਇਤਾਂ ਜਾਰੀ ਕੀਤੇ ਜਾਣ ਦੀ ਮੰਗ ਕੀਤੀ ਸੀ ਬੈਂਚ ਨੇ ਕਿਹਾ ਕਿ ਸਾਨੂੰ ਪਤਾ ਲੱਗਿਆ ਕਿ ਬਹੁਤੇ ਸੂਬਿਆਂ ਨੇ ਰਿਟ ਪਟੀਸ਼ਨ ਜਿਸ ਦੇ ਵਿੱਚ ਭੀੜ ਦੇ ਵੱਲੋਂ ਕੀਤੀਆਂ ਜਾਂਦੀਆਂ ਵਾਰਦਾਤਾਂ ਦੀਆਂ ਘਟਨਾਵਾਂ ਦਾ ਵੇਰਵਾ ਦਰਜ ਹੈ ਇਹਨਾਂ ਨੂੰ ਲੈ ਕੇ ਹਾਲੇ ਤੱਕ ਜਵਾਬ ਦਾਵੇ ਦਾਖਲ ਨਹੀਂ ਕੀਤੇ ਕਹਿੰਦੇ ਅਸੀਂ ਸੂਬਿਆਂ ਤੋਂ ਉਮੀਦ ਕਰਦੇ ਹਾਂ ਕਿ ਘੱਟੋ-ਘੱਟ ਅਜਿਹੇ ਕੇਸਾਂ ਵਿੱਚ ਹੁਣ ਤੱਕ ਕੀਤੀ ਕਾਰਵਾਈ ਬਾਰੇ ਸਾਨੂੰ ਜਵਾਬਤਾ ਦੇਣ ਇਸ ਲਈ ਸੁਪਰੀਮ ਕੋਰਟ ਨੇ ਹੁਣ 6 ਹਫ਼ਤੇ ਯਾਨੀ ਕਿ ਡੇਢ ਮਹੀਨੇ ਦਾ ਸਮਾਂ ਇਹਨਾਂ ਸੂਬਿਆਂ ਨੂੰ ਦਿੱਤਾ ਹੈ ਦਰਅਸਲ ਸੁਪਰੀਮ ਕੋਰਟ ਨੇ ਪਿਛਲੇ ਸਾਲ ਇਸ ਪਟੀਸ਼ਨ ਤੇ ਕੇਂਦਰ ਸਰਕਾਰ ਸਮੇਤ ਮਹਾਰਾਸ਼ਟਰ, ਓਡੀਸ਼ਾ, ਬਿਹਾਰ, ਮੱਧ ਪ੍ਰਦੇਸ਼ ਅਤੇ ਹਰਿਆਣਾ ਦੇ ਡੀਜੀਪੀਜ਼ ਯਾਨੀ ਕਿ ਪੁਲਿਸ ਮੁਖੀਆਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗੇ ਸਨ ਪਟੀਸ਼ਨਰ ਜਥੇਬੰਦੀ ਵੱਲੋਂ ਪੇਸ਼ ਐਡਵੋਕੇਟ ਨਿਜ਼ਾਮ ਪਾਸ਼ਾ ਨੇ ਸੁਣਵਾਈ ਦੌਰਾਨ ਕਿਹਾ ਸੀ ਕਿ ਮੱਧ ਪ੍ਰਦੇਸ਼ ਵਿੱਚ ਕਥਿਤ ਹਜ਼ੂਮੀ ਕਤਲ ਦੀ ਘਟਨਾ ਵਾਪਰੀ ਪਰ ਪੀੜਤਾ ਖਿਲਾਫ ਗਊ ਹੱਤਿਆਲੀ ਕੇਸ ਦਰਜ ਕੀਤਾ ਗਿਆ ਵਿਅਕਤੀ ਨੂੰ ਖਤਮ ਕਰਨ ਦਾ ਕੇਸ ਸੀਨੀ ਦਰਜ ਕੀਤਾ ਗਿਆ ਜੇ ਕਹਿੰਦੇ ਸੂਬੇ ਹੀ ਅਜਿਹੇ ਫੈਸਲਿਆਂ ਤੋਂ ਇਨਕਾਰ ਕਰਨਗੇ ਤਾਂ ਫਿਰ ਤਹਿਸੀਨ ਪੁਨਾਵਾਲਾ ਕੇਸ ਵਿੱਚ 2018 ਵਿੱਚ ਸੁਣਾਇਆ ਫੈਸਲਾ ਕਿਵੇਂ ਅਮਲ ਵਿੱਚ ਆਏਗਾ ਪੁਨਾਵਾਲਾ ਕੇਸ ਵਿੱਚ ਸੁਪਰੀਮ ਕੋਰਟ ਨੇ ਸੂਬਿਆਂ ਨੂੰ ਗੌਰ ਰੱਖਿਆ ਕਹਿੰਦੇ ਨਾਂ ਤੇ ਕੀਤੀ ਜਾਂਦੀ ਬੁਰਛਾ ਕਰਦੀ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੂਬਿਆਂ ਨੂੰ ਹਦਾਇਤਾਂ ਦਿੱਤੀਆਂ ਸਨ ਸੋ ਹੁਣ ਅਦਾਲਤ ਦੇ ਵਿੱਚ ਅਗਲੀ ਸੁਣਵਾਈ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਹੋਵੇਗੀ ਜਦੋਂ ਇਹਨਾਂ ਸੂਬਿਆਂ ਨੂੰ ਅਜਿਹੀਆਂ ਵਾਰਦਾਤਾਂ ਤੇ ਚੁੱਕੇ ਗਏ ਕਦਮਾਂ ਬਾਰੇ ਹਲਫਨਾਮਾ ਦੇਣਾ ਹੀ ਪਊਗਾ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਮੋਰਚਿਆਂ ਤੇ ਬੈਠੇ ਕਿਸਾਨਾਂ ਦੇ ਧਰਨਿਆਂ ਨੂੰ 2 ਮਹੀਨਿਆਂ ਤੋਂ ਉੱਤੇ ਦਾ ਸਮਾਂ ਹੋ ਗਿਆ ਪਰ ਹਾਲੇ ਤੱਕ ਪੰਜਾਬ ਜਾਂ ਹਰਿਆਣੇ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਬੁਨਿਆਦੀ ਸਹੂਲਤਾਂ ਬਿਜਲੀ ਪਾਣੀ ਪਖਾਨੇ ਦੀਆਂ ਨਹੀਂ ਦਿੱਤੀਆਂ ਜਿਸ ਦੇ ਕਿਸਾਨ ਪਿਛਲੇ ਕਈ ਦਿਨਾਂ ਤੋਂ ਮੰਗ ਕਰ ਰਹੇ ਨੇ ਇਸ ਦਰਮਿਆਨ ਮੋਰਚੇ ਨਾਲ ਸੰਬੰਧਿਤ ਹਰਿਆਣਾ ਦੇ ਕੁਝ ਨੌਜਵਾਨਾਂ ਨੂੰ ਵੀ ਪੁਲਿਸ ਨੇ ਪਿਛਲੇ ਦਿਨੀ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਦੀ ਰਿਹਾਈ ਦੇ ਕਿਸਾਨ ਮੰਗ ਕਰ ਰਹੇ ਨੇ ਇਹਨਾਂ ਮੰਗਾਂ ਨੂੰ ਲੈ ਕੇ ਕੁਝ ਦਿਨ ਪਹਿਲਾਂ ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਸੀ ਪਰ ਦੋਵੇਂ ਸੂਬਿਆਂ ਦੀਆਂ ਸਰਕਾਰਾਂ ਨੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਤੇ 16 ਅਪ੍ਰੈਲ ਤੱਕ ਦਾ ਸਮਾਂ ਮੰਗਿਆ ਹੁਣ 16 ਅਪ੍ਰੈਲ ਦਾ ਸਮਾਂ ਲੰਘ ਚੁੱਕਿਆ ਹੈ ਕੱਲ ਕਿਸਾਨਾਂ ਨੇ ਫਿਰ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਤੇ ਕਿਹਾ ਕਿ ਜੇ 16 ਦੀ ਸ਼ਾਮ ਤੱਕ ਸਰਕਾਰ ਨੇ ਮੰਗਾਂ ਨਾ ਮੰਨੀਆਂ ਪੂਰੀਆਂ ਨਾ ਕੀਤੀਆਂ ਵਾਅਦੇ ਮੁਤਾਬਿਕ ਤਾਂ ਅੱਜ 17 ਅਪ੍ਰੈਲ ਤੋਂ ਵੱਡਾ ਐਕਸ਼ਨ ਹੋਵੇਗਾ ਸ਼ੰਭੂ ਬਾਰਡਰ ਤੇ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਸੋ ਅੱਜ ਤੜਕੇ ਤੱਕ ਤਾਂ ਕਿਸਾਨਾਂ ਦੀਆਂ ਮੰਗਾਂ ਤੇ ਸਰਕਾਰ ਨੇ ਕੋਈ ਅਮਲ ਨਹੀਂ ਕੀਤਾ ਕੋਈ ਅਜਿਹਾ ਐਲਾਨ ਬਿਆਨ ਸਰਕਾਰ ਵੱਲੋਂ ਸਾਹਮਣੇ ਨਹੀਂ ਆਇਆ ਜ਼ਾਹਿਰ ਤੌਰ ਤੇ ਕਿਸਾਨ ਅੱਜ ਸ਼ੰਭੂ ਬਾਰਡਰ ਰੇਲਵੇ ਸਟੇਸ਼ਨ ਤੇ ਰੇਲ ਰੋਕੋ ਸ਼ੁਰੂ ਕਰਨਗੇ ਜਿਹੜਾ ਅਣਮਿੱਥੇ ਸਮੇਂ ਦੇ ਲਈ ਹੋਵੇਗਾ ਤੋ ਆ ਤੁਸੀਂ ਦੇਖਦੇ ਹੋ ਰੇਲ ਟਰੈਕ ਆਪਣੇ ਕੋਲ ਹੈਗਾ ਸ਼ੰਭੂ ਇਹ ਰੇਲ ਸਟੇਸ਼ਨ ਹੈਗਾ ਤੋ ਆਪਣੀ ਟੀਮ ਆਈ ਹੋਈ ਆ ਵੀ ਚੱਲ ਇਹ 17 ਨੂੰ ਆਪਣਾ ਮੋਰਚਾ ਲਗਦਾ ਜੇਕਰ ਸਰਕਾਰ ਸਾਡੇ ਜਿਵੇਂ ਵਾਦਾ ਕੀਤਾ ਹੋ ਗਿਆ ਕਿਸਾਨਾਂ ਨੂੰ ਰਿਹਾਨ ਨਹੀਂ ਕਰਦੀ ਵਧੀਆ ਪ੍ਰਬੰਧਨ ਦਾ ਨਹੀਂ ਕੰਮ ਕਰਦੀ ਤਾਂ ਫਿਰ 17 ਨੂੰ ਲਗਭਗ 12 ਵਜੇ ਇਹ ਰੇਲ ਟ੍ਰੈਕ ਜਾਮ ਹੋ ਜਾਊਗਾ ਅਗਲੀ ਰਣਨੀਤੀ ਕੀ ਹੋਊਗੀ ਦੋਆ ਫੋਰਮਾਂ ਦੀ ਐਸਕੇਮ ਨਾਨ ਪੋਲਿਟਿਕਲ ਦੀ ਤੇ ਕੇਐਮਐਮ ਦੀ ਉਹਦੇ ਵਾਸਤੇ 4 ਵਜੇ ਚੰਡੀਗੜ੍ਹ ਦੇ ਵਿੱਚ ਪੀਸੀ ਕੀਤੀ ਜਾ ਰਹੀ ਆ ਦੋਆ ਫੋਰਮਾਂ ਤੇ ਡੈਪੂਟੇਸ਼ਨ ਦੇ ਅਗਲੇ ਦੋ ਫੋਰਮਾਂ ਨੇ ਡਿਸਾਈਡ ਕੀਤੀ ਆ ਗੂ ਸਹਿਬਾਨ ਉਹ 3 ਵਜੇ 4 ਵਜੇ ਸੌਰੀ 4 ਵਜੇ ਕਿਸਾਨ ਭੰਗਨ ਦੇ ਵਿੱਚ ਪੀਸੀ ਕਰਕੇ ਅਗਲੀ ਜਿਹੜੀ ਰਣਨੀਤੀ ਆ ਉਹਦਾ ਐਲਾਨ ਕਰਨਗੇ ਔਰ ਸਾਡਾ ਮੋਰਚਾ ਲਗਭਗ ਜਿਹੜਾ ਹਰਿਆਣੇ ਦੇ ਬਾਡਰਾਂ ਤੇ ਚੱਲ ਰਿਹਾ ਹੈਗਾ ਲਗਭਗ ਉਹਨੂੰ 64 ਦਿਨ ਹੋ ਗਏ ਆ ਅਰੇ ਇਹ ਮੋਰਚਾ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਕਿਸਾਨਾਂ ਮਜ਼ਦੂਰਾਂ ਦੀ ਹਕੀਕੀ ਮੰਗਾ ਮਨਲੀ ਲਈ ਜਾਂਦੀਆਂ ਪੁਲਿਸ ਨੇ ਗੁਰਕੀਰਤ ਸਿੰਘ ਨਵਦੀਪ ਸਿੰਘ ਅਤੇ ਅਨੀਸ਼ ਖਟਕਰ ਨੂੰ ਗ੍ਰਿਫਤਾਰ ਕੀਤਾ ਹੋਇਆ ਇਹ ਤਿੰਨੇ ਹਰਿਆਣਾ ਦੇ ਰਹਿਣ ਵਾਲੇ ਹਨ ਅਨੀਸ਼ ਖਟਕਰ ਤਾਂ ਪਿਛਲੇ 28 ਦਿਨਾਂ ਤੋਂ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਤੇ ਹੈ ਦਿੱਲੀ ਸ਼ਰਾਬ ਘੁਟਾਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਖਲਬਲੀ ਮਚ ਗਈ ਹੈ ED ਦੀ ਸਖਤ ਕਾਰਵਾਈ ਦੀ ਖਬਰ ਹਟ ਵੱਧਦੀ ਜਾ ਰਹੀ ਹੈ ਪੰਜਾਬ ਸਰਕਾਰ ਨੇ ਉਸ ਸ਼ਰਾਬ ਕੰਪਨੀ ਨੂੰ ਹੁਣ ਨਵੇਂ ਵਿੱਤੀ ਸਾਲ ਲਈ L1 ਲਾਇਸੈਂਸ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਨੂੰ ਪਿਛਲੇ 2 ਸਾਲਾਂ ਦੇ ਵਿੱਚ ਲਾਇਸੈਂਸ ਦਿੱਤਾ ਗਿਆ ਸੀ ਇਹ ਕੰਪਨੀ ਆਪਕਾਰੀ ਵਿਭਾਗ ਤੋਂ L1 ਲਾਇਸੈਂਸ ਲੈਣ ਵਾਲੀ ਇਕਲੌਤੀ ਕੰਪਨੀ ਰਹੀ ਹੈ ਹੁਣ ਪੰਜਾਬ ਸਰਕਾਰ ਦੇ ਐਕਸਾਈਜ਼ ਵਿਭਾਗ ਨੇ ਇਸ ਸਾਲ ਕੰਪਨੀ ਦੇ ਲਾਇਸੈਂਸ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ ਪਰ ਸਿਰਫ ਇੰਨਾ ਹੀ ਕਿਹਾ ਹੈ ਕਿ ਕੰਪਨੀ ਦੇ ਅਧਿਕਾਰੀਆਂ ਖਿਲਾਫ CBI ਤੇ ED ਵੱਲੋਂ ਜਾਂਚ ਕੀਤੀ ਜਾ ਰਹੀ ਹੈ ਮੰਨਿਆ ਜਾ ਰਿਹਾ ਹੈ ਕਿ ਕਥਿਤ ਤੌਰ ਤੇ ਸ਼ਰਾਬ ਘਟਾਲੇ ਨੂੰ ਲੈ ਕੇ ਦਿੱਲੀ ਸਰਕਾਰ ਵਿਰੁੱਧ ਚੱਲ ਰਹੀ ਇਹਦੀ ਜਾਂਚ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੀ ਚੌਕਸ ਹੋ ਗਈ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਕੱਲ 18 ਅਪ੍ਰੈਲ ਨੂੰ 10ਵੀਂ ਦਾ ਨਤੀਜਾ ਐਲਾਨ ਦਿੱਤਾ ਜਾਊਗਾ 10ਵੀਂ ਦੇ ਪੇਪਰ 13 ਫਰਵਰੀ ਤੋਂ 6 ਮਾਰਚ ਤੱਕ ਹੋਏ ਸੀ ਇਹਨਾਂ ਪੇਪਰਾਂ 'ਚ ਤਕਰੀਬਨ 3.5 ਲੱਖ ਵਿਦਿਆਰਥੀ ਬੈਠੇ ਸਨ ਬੋਰਡ ਦੀ ਅਧਿਕਾਰਤ ਵੈੱਬਸਾਈਟ psb.ac.in ਤੇ ਨਤੀਜੇ ਆਉਣਗੇ ਤੁਸੀਂ ਆਪਣਾ ਰੋਲ ਨੰਬਰ ਪਾ ਕੇ ਨਤੀਜੇ ਚੈੱਕ ਕਰ ਸਕੋਗੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਅਤੇ ਚੰਡੀਗੜ੍ਹ ਦੇ ਹਸਪਤਾਲਾਂ ਦੇ ਵਿੱਚ ਕੱਲ ਤੋਂ ਓਪੀਡੀ ਦਾ ਸਮਾਂ ਬਦਲ ਗਿਆ ਹੈ ਹੁਣ ਓਪੀਡੀ ਤੜਕੇ 9 ਵਜੇ ਦੀ ਬਜਾਏ 8 ਵਜੇ ਸ਼ੁਰੂ ਹੋ ਜੇਗੀ ਤੇ ਮਰੀਜ਼ 3 ਵਜੇ ਦੀ بجائے ਦੁਪਹਿਰ 2 ਵਜੇ ਤੱਕ ਹੀ ਡਾਕਟਰਾਂ ਦੇ ਵੱਲੋਂ ਦੇਖੇ ਜਾਣਗੇ। ਇਹ ਗਰਮੀਆਂ ਦੀ ਸਮਾ ਸਰਣੀ 15 ਅਕਤੂਬਰ ਤੱਕ ਲਾਗੂ ਰਹੂਗੀ। ਫਿਰ 16 ਅਕਤੂਬਰ ਤੋਂ 15 ਅਪ੍ਰੈਲ ਤੱਕ OPD ਦਾ ਸਮਾਂ ਮੋੜ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋ ਜਾਵੇਗਾ। ਚੋਣਾ ਦੇ ਭਖੇ ਮਾਹੌਲ ਦੇ ਵਿੱਚ ਜਿੱਥੇ ਤਕਰੀਬਨ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰ ਇੱਕ ਦੂਸਰੇ ਤੇ ਦੁਸ਼ਮਣਵਾਜ਼ੀ ਕਰਨ ਦੇ ਵਿੱਚ ਰੁੱਝੇ ਹੋਏ ਨੇ ਉੱਥੇ ਆਮ ਲੋਕਾਂ ਦੇ ਮੁੱਦੇ ਜ਼ਰੂਰ ਵਿਸਾਰੇ ਜਾ ਰਹੇ ਨੇ ਤੇ ਆਮ ਲੋਕ ਹੁਣ ਆਪਣੇ ਮੁੱਦਿਆਂ ਤੇ ਲੀਡਰਾਂ ਦੀ ਨਜ਼ਰ ਦਿਵਾਉਣ ਦੇ ਲਈ ਪ੍ਰਦਰਸ਼ਨ ਕਰਨ ਲੱਗੇ ਨੇ ਚੰਡੀਗੜ੍ਹ ਪੰਜਾਬੀ ਮੰਚ ਦੇ ਵੱਲੋਂ ਵੀ ਰੋਸ ਮੁਜ਼ਾਹਰਾ ਤੇ ਭੁੱਖ ਹੜਤਾਲ ਵਿੱਢੀ ਗਈ ਹੈ ਕੱਲ ਸੈਕਟਰ 17 ਦੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਚ ਇਥੋਂ ਦੀ ਮਾਂ ਬੋਲੀ ਪੰਜਾਬੀ ਨੂੰ ਪਹਿਲੀ ਤੇ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਦਿਵਾਉਣ ਦੀ ਮੰਗ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਤੇ ਭੁੱਖ ਹੜਤਾਲ ਕੀਤੀ ਗਈ ਜਿਸ ਵਿੱਚ ਪਿੰਡੂ ਸੰਘਰਸ਼ ਕਮੇਟੀ ਚੰਡੀਗੜ੍ਹ ਤਰਕਸ਼ੀਲ ਸੁਸਾਇਟੀ ਸਮੇਤ ਹੋਰ ਲੇਖਕ ਸੁਭਾਵਾਂ ਤੇ ਕਿਸਾਨ ਲੀਡਰਾਂ ਨੇ ਵੀ ਸ਼ਿਰਕਤ ਕੀਤੀ ਤੇ ਯੂਟੀ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਆ ਪੰਜਾਬੀ ਮਾਂ ਬੋਲੀ ਨੂੰ ਪਹਿਲੀ ਤੇ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਦਿਵਾਉਣ ਦੀ ਮੰਗ ਰੱਖੀ ਇਸ ਧਰਨੇ ਦੇ ਵਿੱਚ ਕਾਂਗਰਸ ਪਾਰਟੀ ਦੇ ਚੰਡੀਗੜ੍ਹ ਤੋਂ ਉਮੀਦਵਾਰ ਮਨੀਸ਼ ਦਿਵਾੜੀ ਵੀ ਪਹੁੰਚੇ ਸ਼੍ਰੋਮਣੀ ਕਾਲੀਦਾਲ ਚੰਡੀਗੜ੍ਹ ਤੋਂ ਸੰਭਾਵੀ ਉਮੀਦਵਾਰ ਹਰਦੀਪ ਸਿੰਘ ਆਪ ਤੋਂ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਕੁਲਦੀਪ ਕੁਮਾਰ ਵੀ ਪਹੁੰਚੇ ਹੋਏ ਸਨ ਭਾਜਪਾ ਦੇ ਬੁਲਾਰੇ ਗੁਰਪ੍ਰੀਤ ਸਿੰਘ ਢਿੱਲੋਂ ਨੇ ਵੀ ਪੰਜਾਬੀ ਭਾਸ਼ਾ ਪ੍ਰਤੀ ਆਪੋ ਆਪਣੀਆਂ ਪਾਰਟੀਆਂ ਦੇ ਏਜੰਡੇ ਪੇਸ਼ ਕੀਤੇ ਪੰਜਾਬੀ ਪ੍ਰੇਮੀਆਂ ਨੇ ਮੰਗ ਕੀਤੀ ਕਿ ਹਰ ਸਿਆਸੀ ਪਾਰਟੀ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਇਸ ਮੰਗ ਨੂੰ ਸ਼ਾਮਲ ਕਰੇ ਜਿਸ ਤੋਂ ਬਾਅਦ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਹਰਦੀਪ ਸਿੰਘ ਨੇ ਪੰਜਾਬੀ ਭਾਸ਼ਾ ਦਾ ਮੁੱਦਾ ਆਪਣੇ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਕਰਨ ਦਾ ਮੌਕੇ ਤੇ ਹੀ ਐਲਾਨ ਕਰ ਦਿੱਤਾ ਉਧਰ ਚੰਡੀਗੜ੍ਹ ਦੇ ਵਿੱਚ ਕਾਂਗਰਸ ਪਾਰਟੀ 'ਚ ਅੰਦਰੂਨੀ ਕਲੇਸ਼ ਵੱਧ ਗਿਆ ਹੈ ਕਾਂਗਰਸ ਉਮੀਦਵਾਰ ਮਨੀਸ਼ ਦਿਵਾਲੀ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਕਿਉਂਕਿ ਚੰਡੀਗੜ੍ਹ ਕਾਂਗਰਸ ਦੇ ਹਿਮਾਚਲ ਸੈੱਲ ਦੇ ਆਗੂਆਂ ਨੇ ਅਸਤੀਫੇ ਦੇ ਦਿੱਤੇ ਨੇ ਦਰਅਸਲ ਇਸ ਸੀਟ ਤੇ ਵੀ ਕਾਂਗਰਸ ਧੜੇਬੰਦੀ ਦੇ ਵਿੱਚ ਉਲਝ ਗਈ ਹੈ ਇੱਕ ਧੜਾ ਪਵਨ ਕੁਮਾਰ ਬਾਂਸਲ ਨੂੰ ਉਮੀਦਵਾਰ ਬਣਾਉਣ ਦੀ ਮੰਗ ਕਰ ਰਿਹਾ ਸੀ ਜਦਕਿ ਕਾਂਗਰਸ ਹਾਈ ਕਮਾਨ ਨੇ ਅਨੰਦਪੁਰ ਸਾਹਿਬ ਤੋਂ ਮੌਜੂਦਾ ਐਮਪੀ ਮਨੀਸ਼ ਤਿਵਾੜੀ ਨੂੰ ਟਿਕਟ ਦਿੱਤੀ ਹੈ ਇਸ ਦਰਮਿਆਨ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ ਐਸ ਲੱਕੀ ਦਾਵਾ ਕਰ ਰਹੇ ਨੇ ਕਿ ਕਾਂਗਰਸ ਪਾਰਟੀ ਤੋਂ ਕੋਈ ਵਰਕਰ ਨਾਰਾਜ਼ ਨਹੀਂ ਹੈ ਲੋਕ ਸਭਾ ਚੋਣ ਦੰਗਲ ਦੀਆਂ ਕੁਝ ਖਾਸ ਤੇ ਅਹਿਮ ਖਬਰਾਂ ਵੀ ਤੁਹਾਨੂੰ ਦੱਸ ਦਿੰਦੇ ਹਾਂ ਆਮ ਆਦਮੀ ਪਾਰਟੀ ਨੇ ਕੱਲ ਪੰਜਾਬ ਦੇ ਉਮੀਦਵਾਰਾਂ ਦੀ ਆਖਰੀ ਸੂਚੀ ਜਾਰੀ ਕਰ ਦਿੱਤੀ ਯਾਨੀ ਕਿ 13 ਦੇ 13 ਉਮੀਦਵਾਰ ਹੁਣ ਆਮ ਆਦਮੀ ਪਾਰਟੀ ਵੱਲੋਂ ਮੈਦਾਨ ਦੇ ਵਿੱਚ ਨੇ ਪਰ ਇੱਕ ਗੱਲ ਤਾਂ ਖਾਸ ਹੈ ਕਿ ਕਿਸੇ ਵੀ 13 ਸੀਟਾਂ ਦੇ ਵਿੱਚੋਂ ਕਿਸੇ ਵੀ ਸੀਟ ਤੇ ਕਿਸੇ ਵੀ ਬੀਬੀ ਨੂੰ ਉਮੀਦਵਾਰ ਨਹੀਂ ਬਣਾਇਆ ਗਿਆ ਭਾਜਪਾ ਨੇ ਵੀ ਪੰਜਾਬ ਦੇ ਲਈ ਆਪਣੀ ਦੂਸਰੀ ਸੂਚੀ ਜਾਰੀ ਕਰ ਦਿੱਤੀ ਹੈ ਸਿਕੰਦਰ ਸਿੰਘ ਮਲੂਕਾਦੀਨ ਨੂੰ ਬਠਿੰਡੇ ਤੋਂ ਉਮੀਦਵਾਰ ਬਣਾਇਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਵੀ ਗੁਜਰਾਤ ਰਹਣਗੇ ਕੱਲ ਲੋਕ ਸਭਾ ਹਲਕਾ ਭਾਵਨਗਰ ਚ ਉਹਨਾਂ ਨੇ ਰੋਡ ਸ਼ੋਅ ਕੱਢਿਆ ਇਸ ਦਰਮਿਆਨ ਆਪਣੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਜ਼ਿਕਰ ਕਰਦਿਆ ਮੁੱਖ ਮੰਤਰੀ ਭਗਵੰਤ ਮਾਨ ਭਾਵੁਕ ਹੋ ਗਏ ਅੱਖਾਂ ਪੂੰਝਦੇ ਦੇਖੇਗੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਲੀਡਰ ਗੁਰਪ੍ਰੀਤ ਸਿੰਘ ਕਾਂਗੜ ਨੇ ਅਕਾਲੀ ਦਲ ਵਿੱਚ ਜਾਣ ਦੀਆਂ ਖਬਰਾਂ ਨੂੰ ਅਫਵਾਹਾਂ ਦੱਸਿਆ ਹੈ ਕਹਿੰਦੇ ਕਿਸੇ ਹੋਰ ਪਾਰਟੀ 'ਚ ਜਾਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਉਹ ਕਾਂਗਰਸ ਪਾਰਟੀ ਦੇ ਵਫਾਦਾਰ ਸਿਪਾਹੀ ਹਨ ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਗੁਰਪ੍ਰੀਤ ਕਾਂਗੜ ਭਾਜਪਾ ਦੇ ਵਿੱਚ ਛਾਲ ਮਾਰ ਗਏ ਸੀ ਪਰ ਬਾਅਦ ਵਿੱਚ ਕਾਂਗਰਸ 'ਚ ਵਾਪਸ ਵੀ ਆ ਗਏ ਸਨ ਇਸੇ ਤਰ੍ਹਾਂ ਇੱਕ ਹੋਰ ਲੀਡਰ ਦੇ ਤਿਤਲੀ ਬਣਨ ਦੀਆਂ ਖਬਰਾਂ ਉੱਡ ਰਹੀਆਂ ਨੇ ਕਿ ਭਾਜਪਾ ਦੇ ਸੀਨੀਅਰ ਲੀਡਰ ਵਿਜੇ ਸਾਂਪਲਾ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਮੰਨਿਆ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਤੋਂ ਟਿਕਟ ਨਾ ਮਿਲਣ ਤੋਂ ਬਾਅਦ ਸਾਂਪਲਾ ਹੁਣ ਕਿਸੇ ਹੋਰ ਰਾਹ ਦੀ ਭਾਲ ਵਿੱਚ ਨੇ ਤਾਜ਼ਾ ਸੂਚੀ ਦੇ ਵਿੱਚ ਭਾਜਪਾ ਨੇ ਜਦੋਂ ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਪ੍ਰਕਾਸ਼ ਨੂੰ ਉਮੀਦਵਾਰ ਐਲਾਨਿਆ ਤਾਂ ਸਾਂਪਲਾ ਨੇ ਟਵੀਟ ਵੀ ਕੀਤਾ ਸੀ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਡਾਕਟਰ ਧਰਮਵਈ ਧਰਮਵੀਰ ਗਾਂਧੀ ਨੂੰ ਟਿਕਟ ਮਿਲਣ ਤੋਂ ਪਹਿਲਾਂ ਤੇ ਬਾਅਦ ਵਿੱਚ ਟਕਸਾਲੀ ਕਾਂਗਰਸੀ ਵਰਕਰਾਂ ਤੇ ਅਹੁਦੇਦਾਰਾਂ ਵੱਲੋਂ ਲਗਾਤਾਰ ਗੁਪਤ ਤੇ ਜਨਤਕ ਮੀਟਿੰਗਾਂ ਕਰਨ ਦਾ ਸلسਲਾ ਜਾਰੀ ਹੈ ਟਕਸਾਲੀ ਕਾਂਗਰਸੀ ਗਾਂਧੀ ਦੇ ਖਿਲਾਫ ਇਕਜੁੱਟ ਹੋਣ ਲੱਗੇ ਨੇ ਪਟਿਆਲਾ ਦੇ ਕਾਂਗਰਸੀ ਉਮੀਦਵਾਰ ਦੇ ਵਿਰੁੱਧ ਵੀ ਨੂੰ ਕੋਈ ਫੈਸਲਾ ਲੈਣ ਦਾ ਹੁਣ ਐਲਾਨ ਕਰ ਦਿੱਤਾ ਗਿਆ ਹੈ ਇਹ ਐਲਾਨ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਰਹਾਇਸ਼ ਤੇ ਵਰਕਰਾਂ ਦੇ ਇਕੱਠ ਤੋਂ ਬਾਅਦ ਹੋਇਆ ਇਹ ਵੀ ਚਰਚਾ ਹੈ ਕਿ 20 ਤਰੀਕ ਨੂੰ ਕੰਬੋਜ ਆਪਣੇ ਸਾਥੀਆਂ ਸਣੇ ਕਾਂਗਰਸ ਪਾਰਟੀ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਦਾ ਪੱਲਾ ਫੜਨਗੇ ਇਸੇ ਤਰ੍ਹਾਂ ਹਲਕਾ ਡੇਰਾ ਬਸੀ ਦੀ ਕਾਂਗਰਸੀ ਵਰਕਰਾਂ ਦੀ ਵੀ ਮੀਟਿੰਗ ਦੀਪਿੰਦਰ ਸਿੰਘ ਢਿੱਲੋਂ ਦੇ ਸੱਦੇ ਤੇ ਲਾਲੜੂ ਵਿੱਚ ਹੋਈ ਤੇ ਡਾਕਟਰ ਗਾਂਧੀ ਨੂੰ ਟਿਕਟ ਦੇਣ ਦੀ ਆਲੋਚਨਾ ਕੀਤੀ ਗਈ ਪੰਜਾਬ ਦੇ ਵਿੱਚ ਬੀਜੇਪੀ ਉਮੀਦਵਾਰਾਂ ਦਾ ਤਾਂ ਲਗਾਤਾਰ ਵਿਰੋਧ ਹੋ ਹੀ ਰਿਹਾ ਹੈ ਬਠਿੰਡਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਵੀ ਇੱਕ ਦੋ ਵਾਰੀ ਵਿਰੋਧ ਸਾਹਮਣੇ ਆ ਗਿਆ ਹੈ ਕੱਲ ਗੋਨਿਆਣਾ ਮੰਡੀ ਦੇ ਵਿੱਚ ਹਲਕਾ ਪੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੂੰ ਕਿਸਾਨ ਜਥੇਬੰਦੀਆਂ ਤੇ ਸ਼ਹਿਰ ਵਾਸੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਦਰਅਸਲ ਇੱਥੇ ਗੁਰਮੀਤ ਸਿੰਘ ਖੁੱਡੀਆਂ ਦੇ ਪੁੱਤਰ ਅਮੀਤ ਸਿੰਘ ਖੁੱਡੀਆਂ ਨੇ ਪਹੁੰਚਣਾ ਸੀ ਪਰ ਜਿਵੇਂ ਹੀ ਕਿਸਾਨਾਂ ਨੂੰ ਪਤਾ ਲੱਗਿਆ ਉਹ ਗੋਨਿਆਣਾ ਮੰਡੀ ਦੇ ਦੁਰਗਾ ਮੰਦਰ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ ਜਿਸ ਤੋਂ ਬਾਅਦ ਅਮੀਤ ਖੁੱਡੀਆਂ ਦਾ ਦੌਰਾ ਰੱਦ ਕਰਨ ਦੇ ਵਿੱਚ ਹੀ ਪਾਰਟੀ ਨੇ ਭਲਾਈ ਸਮਝੀ ਨਾਬਾ ਦੇ ਪਿੰਡ ਰਾਮਗੜ੍ਹ ਵਾਸੀਆਂ ਨੇ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਲਈ 6 ਸਵਾਲ ਰੱਖਦੇ ਹੋਏ ਸਵਾਗਤੀ ਬੋਰਡ ਲਾਇਆ ਹੈ ਹਰੇਕ ਪਾਰਟੀ ਦੇ ਉਮੀਦਵਾਰ ਨੂੰ ਇਹ ਸਵਾਲ ਪੁੱਛੇ ਜਾ ਰਹੇ ਨੇ ਪਿੰਡ ਵਾਸੀਆਂ ਨੇ ਮੁੱਖ ਤੌਰ ਤੇ ਰੋਜ਼ਗਾਰ ਨਸ਼ੇ ਪ੍ਰਵਾਸ ਮਨਰੇਗਾ ਤੇ ਕਿਸਾਨੀ ਨੂੰ ਲੈ ਕੇ ਸਵਾਲ ਲਿਖੇ ਨੇ ਤੇ ਲਿਖਿਆ ਕਿ ਇਨ੍ਹਾਂ ਸਵਾਲਾਂ ਦੇ ਸੰਜੀਦਾ ਜਵਾਬ ਤੋਂ ਬਿਨਾ ਉਮੀਦਵਾਰ ਇਸ ਪਿੰਡ ਵਿੱਚੋਂ ਵੋਟ ਦੀ ਆਸ ਨਾ ਰੱਖਣ ਜਿਹੜਾ ਵੀ ਉਮੀਦਵਾਰ ਇਨ੍ਹਾਂ ਸਵਾਲਾਂ ਦੇ ਪਿੰਡ ਵੜ ਦੇ ਸਾਰ ਜਵਾਬ ਦੇਊਗਾ ਉਹਨੂੰ ਹੀ ਪਿੰਡ ਵੜਨ ਦਿੱਤਾ ਜਾਊਗਾ ਤੇ ਉਹਨੂੰ ਹੀ ਵੋਟਾਂ ਪਾਉਣ ਬਾਰੇ ਸੋਚਿਆ ਜਾਊਗਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਚੋਣ ਮੁਹਿੰਮ ਪਖਾੜ ਦਿੱਤੀ ਹੈ ਚੋਣ ਪ੍ਰਚਾਰ ਦਰਮਿਆਨ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਚੰਨੀ ਦੇ ਨਾਲ ਹੀ ਦਿਖਾਈ ਦੇ ਰਹੇ ਨੇ ਤੇ ਚੰਨੀ ਨੇ ਕੱਲ ਤਾਂ ਵੱਡਾ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਤੋਂ ਤੁਰੰਤ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਡਿੱਗ ਜਾਊਗੀ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਮੌਸਮ ਕੱਲ ਤੋ ਫਿਰ ਬਦਲ ਜਾਵੇਗਾ ਪੁਵਿਕ ਰਿਪੋਰਟ ਮੁਤਾਬਕ ਅੱਜ ਮੌਸਮ ਖੁਸ਼ਕ ਹੀ ਰਹੇਗਾ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਹਾਲਾਂਕਿ ਕੱਲ ਜਿਵੇਂ ਕਿਤੇ ਕਿਤੇ ਹਵਾਵਾਂ ਚਲਦੀਆਂ ਰਹੀਆਂ ਉਵੇਂ ਅੱਜ ਵੀ ਚਲਦੀਆਂ ਰਹਿ ਸਕਦੀਆਂ ਨੇ ਕੱਲ 18 ਅਪ੍ਰੈਲ ਤੋਂ 20 ਅਪ੍ਰੈਲ ਤੱਕ ਬਿਜਲੀ ਗੱਜਣ ਦੇ ਨਾਲ ਮੀਂਹ ਤੇ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ ਲੰਗੇ ਕੱਲ 16 ਅਪ੍ਰੈਲ ਨੂੰ ਪੰਜਾਬ ਦੇ ਤਾਪਮਾਨ ਵਿੱਚ ਵੱਡੀ ਤਬਦੀਲੀ ਦੇਖੀ ਗਈ ਘੱਟੋ ਘੱਟ ਤਾਪਮਾਨ ਵਿੱਚ 1.5 ਡਿਗਰੀ ਦੀ ਕਮੀ ਦਰਜ ਕੀਤੀ ਗਈ ਫਰੀਦਕੋਟ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਘੱਟ 16 ਡਿਗਰੀ ਤਾਪਮਾਨ ਰਿਹਾ ਜਦ ਕਿ ਸਭ ਤੋਂ ਵੱਡ ਚੰਡੀਗੜ੍ਹ ਤੇ ਮੁਹਾਲੀ ਦਾ 21 ਡਿਗਰੀ ਰਿਹਾ ਗੁਆਂਢੀ ਸੂਬੇ ਹਰਿਆਣਾ ਦੇ ਵਿੱਚ ਕੱਲ ਤਾਪਮਨ 0.3 ਡਿਗਰੀ ਵੱਧ ਗਿਆ ਪੰਚਕੁਲਾ ਦੇ ਵਿੱਚ ਸਭ ਤੋਂ ਘੱਟ 19 ਡਿਗਰੀ ਤੇ ਰੋहतक ਵਿੱਚ 23 ਡਿਗਰੀ ਨਾਲ ਸਭ ਤੋਂ ਵੱਧ ਰਿਹਾ ਹਿਮਾਚਲ ਦੇ ਵਿੱਚ ਵੀ ਪੱਛਮੀ ਗੜਬੜੀ ਇਸ ਵਕਤ ਐਕਟਿਵ ਹੈ ਕੱਲ ਤੋਂ ਬਾਅਦ ਮੁਰ ਤੋਂ ਮੌਸਮ ਵਿੱਚ ਤਬਦੀਲੀ ਇੱਥੇ ਆਵੇਗੀ ਹਿਮਾਚਲ ਵਿੱਚ ਅਟਲ ਟਨਲ ਦੇ ਕੋਲ ਫੇਅਰ ਐਵਲਾਂਚ ਦੀ ਖਬਰ ਮਿਲੀ ਹੈ ਉੱਤਰ ਪ੍ਰਦੇਸ਼ ਦੇ ਵਿੱਚ ਅੱਜ ਤੋਂ ਲੈ ਕੇ ਲਗਾਤਾਰ 3 ਦਿਨ ਗਰਮੀ ਰਹੇਗੀ ਤੇ 19 April ਤੋਂ ਨੇਰੀ ਤੇ ਮੀਂਹ ਪਏਗਾ ਇਸ ਦਰਮਿਆਨ ਮੌਸਮ ਵਿਭਾਗ ਨੇ ਕਿਸਾਨਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ ਕਿ ਇਸ ਸਾਲ ਮੌਨਸੂਨ ਦਰਮਿਆਨ ਆਮ ਨਾਲੋਂ ਵੱਧ ਮੀਂਹ ਪਵੇਗਾ ਮੌਨਸੂਨ ਸੀਜ਼ਨ ਲੰਮੀ ਮਿਆਦ ਤੱਕ ਰਹੇਗਾ 106 ਫੀਸਦੀ بارش ਹੋਵੇਗੀ ਜੂਨ ਤੋਂ ਸਤੰਬਰ ਤੱਕ 87 ਸੈਂਟੀਮੀਟਰ ਦੇ ਕਰੀਬ ਮੀਂਹ ਪੈਣ ਦੀ ਸੰਭਾਵਨਾ ਹੈ ਕਿਸਾਨਾਂ ਦੇ ਲਈ ਖੁਸ਼ਖਬਰੀ ਇਸ ਲਈ ਹੈ ਕਿਉਂਕਿ ਦੇਸ਼ ਭਰ ਦੇ ਲਗਭਗ 80 ਫੀਸਦੀ ਕਿਸਾਨ ਆਪਣੀਆਂ ਫਸਲਾਂ ਦੀ ਸਿੰਚਾਈ ਲਈ ਮੌਨਸੂਨ ਦੇ ਮੀਂਹ ਤੇ ਨਿਰਭਰ ਕਰਦੇ ਨੇ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਦੇਸ਼ ਦੁਨੀਆ ਦੇ ਵਿੱਚ ਵਸਦੇ ਹਿੰਦੂ ਭਾਈਚਾਰੇ ਨੂੰ ਰਾਮ ਨੌਮੀ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੰਦੇ ਹਾਂ